ਜਲੰਧਰ ਨਵੀਂ ਦਿੱਲੀ ਕੌਮੀ ਰਾਜਮਾਰਗ ਦੇ ਉੱਤੇ ਪੈਂਦੇ ਇਲਾਕੇ ਰਾਮਾ ਮੰਡੀ ਦੇ ਨਜ਼ਦੀਕ ਤੇਜ਼ ਰਫ਼ਤਾਰ ਨੇ ਦੋ ਲੋਕਾਂ ਦੀ ਜਾਨ ਲੈ ਲਈ। ਮੌਕੇ ਉੱਤੇ ਮੌਜੂਦ ਲੋਕਾਂ ਦੇ ਮੁਤਾਬਕ ਇਹ ਹਾਦਸਾ ਦੋ ਵਾਹਨਾਂ ਦੇ ਵਿੱਚ ਲੱਗੀ ਰੇਸ ਦੌਰਾਨ ਵਾਪਰਿਆ, ਜਿਸ ਦੀ ਲਪੇਟ ਵਿੱਚ ਇੱਕ ਮੋਟਰਸਾਈਕਲ ਆ ਗਿਆ ਅਤੇ ਹਾਦਸੇ ਦੇ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਅਤੇ ਉਸ ਦੀ ਪਤਨੀ ਦੀ ਮੌਤ ਹੋ ਗਈ। ਮੌਕੇ ਉੱਤੇ ਮੌਜੂਦ ਲੋਕਾਂ ਦਾ ਕਹਿਣਾ ਕਿ ਜਲੰਧਰ ਤੋਂ ਫਗਵਾੜਾ ਵੱਲ ਜਾ ਰਹੀ ਇੱਕ ਇਨੋਵਾ ਕਾਰ ਅਤੇ ਇੱਕ ਹੋਰ ਕਾਰ ਦੇ ਵਿੱਚ ਰੇਸ ਲੱਗੀ ਹੋਈ ਸੀ ਅਤੇ ਉਹਨਾਂ ਦੀ ਟੱਕਰ ਇੱਕ ਟਵੇਰਾ ਕਾਰ ਦੇ ਨਾਲ ਹੋਈ ਤਾਂ ਗੱਡੀ ਡਿਵਾਈਡਰ ਨੂੰ ਪਾਰ ਕਰਕੇ ਦੂਜੇ ਪਾਸਿਓਂ ਆ ਰਹੇ ਮੋਟਰਸਾਈਕਲ ਦੇ ਨਾਲ ਜਾ ਟਕਰਾਈ। ਮੋਟਰਸਾਈਕਲ ਸਵਾਰ ਪਤੀ ਪਤਨੀ ਦੀ ਇਸ ਹਾਦਸੇ ਦੌਰਾਨ ਮੌਤ ਹੋ ਗਈ। ਦੋ ਗੱਡੀਆਂ ਆਉਣੀਆਂ, ਇੱਕ ਇਨੋਵਾ ਔਰ ਇੱਕ ਦੂਜੀ ਗੱਡੀ ਸੀ, ਕੋਈ ਵੱਡੀ ਗੱਡੀ ਪਤਾ ਨਹੀਂ। ਉਹਨਾਂ ਨੇ ਕਾਫੀ ਸਪੀਡ ਤੋਂ ਓਵਰਟੇਕ ਕੀਤਾ, ਦੋਨੋਂ ਗੱਡੀਆਂ ਨੂੰ ਹਿੱਟ ਕੀਤਾ। ਇਹਨਾਂ ਦੋ ਗੱਡੀਆਂ ਨੂੰ ਹਿੱਟ ਕੀਤਾ, ਜਿਹੜੀ ਟਵੇਰਾ ਗੱਡੀ ਆ ਇਹ ਉੱਧਰੋਂ ਪਲਟੀਆਂ ਖਾਂਦੀ ਆ ਗਈ ਆ, ਚਾਰ ਪੰਜ ਪਲਟੀਆਂ ਖਾ ਕੇ ਇਸ ਪਾਸੇ। ਇੱਕ ਵਿਚਾਰੇ ਬੰਦਾ ਅਤੇ ਜਨਾਨੀ ਜਾ ਰਹੇ ਸੀ ਮੋਟਰਸਾਈਕਲ 'ਤੇ, ਉਹਨਾਂ ਦੇ ਉੱਪਰ ਆ ਕੇ ਦੱਬ ਦਿੱਤੀ ਆ, ਉਹਨਾਂ ਨੂੰ ਦੱਬ ਦਿੱਤਾ, ਕੁਚਲ ਦਿੱਤਾ ਉਹਨਾਂ ਨੂੰ। ਉਹ ਦੋ ਬੰਦਿਆਂ ਦੀ ਵਿਚਾਰਿਆਂ ਦੀ ਮੌਕੇ 'ਤੇ ਡੈਥ ਹੋ ਗਈ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।